ਮੈਂ ਤੁਹਾਡਾ ਹਰਜਾ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾ ਸਵਾਗਤ ਹੈ ਵੈਲਕਮ ਟੂ ਸ਼ੋ ਅਸੀਂ ਗੱਲ ਕਰ ਰਹੇ ਸੀ ਇੰਪਲੋਇਮੈਂਟ ਲਾਅ ਬਾਰੇ ਵਿਦ ਰਜਿੰਦਰ ਹੀਰ ਐਂਡ ਨਾਓ ਅਸੀਂ ਗੋਇੰਗ ਟੂ ਟਾਕ ਅਬਾਊਟ ਈਸੋਲ ਅਸੀਂ ਈਸੋਲ ਬਾਰੇ ਕਰਦੇ ਹਾਂ ਉਹ ਵੀ ਤੁਸੀਂ ਕਾਲਜ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਤੁਸੀਂ ਖੁੱਲ੍ਹੇ ਹੋ ਗ੍ਰੇਵਜ਼ਐਂਡ ਐਂਡ ਬਰਮਿੰਗਮ ਐਂਡ ਹੁਣ ਅਸੀਂ ਜਾਣਾ ਸੀਗਾ ਇਸ ਹਫ਼ਤੇ ਖੋਲ੍ਹਣ ਇੰਡੀਆ 'ਚ ਜੋ ਜਲੰਧਰ ਸੈਂਟਰ ਸੀਗਾ ਬਟ ਮੇਰੀ ਸਿਹਤ ਕੁਛ ਠੀਕ ਨਹੀਂ ਹੋਈ ਬਾਕੀ ਇੱਥੇ ਮਹਾਰਥੀ ਸਾਹਿਬ ਦਾ ਪਾਸਪੋਰਟ ਨਹੀਂ ਆਇਆ ਤੇਰਾ ਵੀਜ਼ਾ ਨਹੀਂ ਲੱਗਾ ਹਾਲੇ ਤੇ ਇੰਡੀਆ ਦਾ ਤੇ ਉਹਦੇ ਵਿੱਚ ਹੁਣ ਸਾਨੂੰ ਲੈਫਟ ਕਰੋ ਨੈਕਸਟ ਵੀਕ ਨਾ ਸੋ ਸਾਨੂੰ ਨੈਕਸਟ ਵੀਕ ਜਾਣਾ ਪੈਣਾ ਉੱਥੇ ਅਸੀਂ ਜੋ ਕਾਲਜ ਜਲੰਧਰ 'ਚ ਖੁੱਲ੍ਹਣੀ ਆ ਈਸੋਲ ਜੋ ਅਸੀਂ ਸ਼ੁਰੂ ਕੀਤਾ ਪਹਿਲਾਂ ਮੈਨੂੰ ਇਹ ਦੱਸ ਕਿ ਈਸੋਲ ਹੁੰਦਾ ਕੀ ਆ ਈਸੋਲ ਇਟਸ ਨਾਟ ਅ ਪਾਰਟ ਆਫ ਯੋਰ ਬੋਡੀ ਆਈਦਰ ਨੀਅਰ ਅ ਰੀਅਰ ਐਂਡ ਵਾਸ ਨਾਟ ਸਮਥਿੰਗ ਯੂ ਕਾਲ ਯੋਰ ਬੌਸ ਦੈਨ ਯੂ ਵਿਲ ਬੀ ਅਪ ਫॉर ਇੰਪਲੋਇਮੈਂਟ ਪ੍ਰੋਬਲਮਸ No, ESOL is a qualification that you have, which shows where it can be listening, speaking, writing, and reading, in terms of how good you are in English, and it's for people who English test, right? English test. And Punjabi SC sab denu English test. English test, right? Eh, kiddan sikhaya janda? Eh, haga jada sanu haga accreditation UKB de na. Eh, haga sif listening and speaking bas. ਜਿਨ੍ਹਾਂ ਨੇ ਉੱਥੋਂ ਆਉਣਾ ਵਿਆਹ ਕਰਾ ਕੇ ਇੰਡੀਆ ਤੋਂ ਸਪੀਕਿੰਗ ਐਂਡ ਲਿਸਨਿੰਗ ਹੈਗਾ ਸਿਰਫ ਤੁਸੀਂ ਸੁਣਨਾ ਨਾਲੇ ਬੋਲਣਾ ਬਸ ਉਹ ਹੈਗਾ ਤੁਹਾਡਾ ਅਸੈਸਮੈਂਟ ਕਰਾਂਗੇ ਅਸੀਂ ਦੇਖਾਂਗੇ ਕਿੰਨਾ ਕੁ ਚਿਰ ਤੁਹਾਨੂੰ ਲੱਗੂਗਾ ਟੈਸਟ ਪਾਸ ਕਰਨ ਨੂੰ ਕਿੰਨਾ ਕੁ ਟਾਈਮ ਲੱਗਦਾ ਸਕਾਲ ਦੇ ਕਿਤੇ ਹੁਣ ਕਲਾਸਾਂ ਲੱਗਦੀਆਂ ਕੀ ਕਲਾਸਾਂ ਲੱਗਦੇ ਉੱਥੇ 10-15 ਹੋਰ ਹੋਣਗੇ ਸਟੂਡੈਂਟ ਸਾਡੇ ਨਾਲ ਥੋੜੀ ਸਾਰੇ ਦਾ ਲੈਵਲ ਇੱਕ ਹੀ ਹੋਣਗੇ ਸਰ ਕਲਾਸ ਬੇਸਡ ਐਜੂਕੇਸ਼ਨ ਇਟਸ ਆਲ ਕਲਾਸ ਬੇਸਡ ਯਾ ਇਟਸ ਨਾਟ ਤੇ ਪੇਪਰ ਹੁੰਦੇ ਨੇ ਟੈਸਟ ਹੁੰਦੇ ਐਗਜ਼ਾਮ ਹੁੰਦੇ ਕੀ ਹੁੰਦਾ ਇਹਦਾ ਟੈਸਟ ਹੁੰਦਾ ਐਗਜ਼ਾਮ ਪੇਪਰ ਹੁੰਦਾ ਪਰ ਉੱਥੇ ਹੀ ਕਰਨਾ ਕਲਾਸ ਦੇ ਵਿੱਚ ਤੁਸੀਂ ਹੋਊਂਗਾ ਦੋ ਇੱਕ ਹੋਰ ਆਦਮੀ ਤੁਹਾਡੇ ਨਾਲ ਲੇਡੀ ਤੁਸੀਂ ਉਹਨਾਂ ਇੱਕ ਦੋ ਸਵਾਲ ਪੁੱਛੋਗੇ ਇੰਗਲਿਸ਼ ਦੇ ਵਿੱਚ ਉਹਨਾਂ ਨੇ ਤੁਹਾਨੂੰ ਜਵਾਬ ਦੇਣਾ ਤੇ ਉਹਨਾਂ ਨੇ ਤੁਹਾਨੂੰ ਜਵਾਬ ਸੋ ਇਟਸ ਲਰਨਿੰਗ ਐਂਡ ਐਗਜ਼ਾਮ ਬੇਸਡ ਯੈਸ ਲਰਨਿੰਗ ਐਂਡ ਐਗਜ਼ਾਮ ਬੇਸਡ ਈਸੋਲ ਦਾ ਮਤਲਬ ਕਈ ਸਾਡੇ ਇੱਥੇ ਬੀਬੀਆਂ ਨੇ ਭਰਾ ਕੌਣ ਈਸੋਲ ਕੀਤਾ ਉਹਨਾਂ ਨੇ so it's a matter of like and it's not jidda hun kai exam hunde ya jidda IELTS tonu back exam dena panda in four different categories I think speaking listening reading and writing right yeah tonu band milde ya yeah but ESOL is it like that or not like ne bilkul nahi hai assi jadon tusi ek dooje naal gal karde english de vich unna ne record karna naale marking vi karna hai right fir jadon assi dwara sunange yeah jo tusi chal gaye fir aap fir dwara dekhange math tutor ਜੇ ਇੱਕ ਮਾਰਕਿੰਗ ਸਹੀ ਆ ਤੁਸੀਂ ਪਾਸ ਕਰ ਗਏ ਅਸੀਂ ਤੁਹਾਨੂੰ ਦੱਸ ਦੇਣਾ ਫਿਰ ਅਸੀਂ ਉਹਦੇ ਤੁਹਾਨੂੰ ਸਰਟੀਫਿਕੇਟ ਦੇ ਸਕਦੇ ਹਾਂ ਰਾਈਟ ਓਕੇ ਈਸੋਲ ਦਾ ਈਸੋਲ ਦਾ ਇੰਡੀਆ ਚ ਈਸੋਲ ਕਿਦਾਂ ਚੱਲੇਗਾ ਇਸ ਐਗਜ਼ੈਕਟਲੀ ਸੇਮ ਥਿੰਗ ਇਟਸ ਐਗਜ਼ੈਕਟਲੀ ਦ ਸੇਮ ਸਪੀਕਿੰਗ ਐਂਡ ਲਿਸਨਿੰਗ ਬਸ ਐਡਿੰਗ ਜਿੱਦਾਂ ਇੱਥੇ ਚੱਲਦਾ ਜਿੱਦਾਂ ਇੱਥੇ ਚੱਲਦਾ ਐਂਡ ਈਸੋਲਸ ਨਾਓ ਜ਼ਰੂਰੀ ਟੂ ਡੂ ਜੇ ਤੁਸੀਂ ਬ੍ਰਿਟਿਸ਼ ਪਾਸਪੋਰਟ ਵੀ ਲੈਣਾ ਜੇ ਤੁਸੀਂ ਪੱਕੀ ਸਟੈਂਪ ਲੈਣੀ ਹੈ ਯਾ ਬਿਲਕੁਲ ਬਿਲਕੁਲ ਜੇ ਤੁਸੀਂ ਵਾਈਫ ਨੂੰ ਮੰਗਾਉਣਾ ਚਾਹੁੰਦੇ ਜਾਂ ਫਿਓਨਸੇ ਉਹਨਾਂ ਨੂੰ ਮੰਗਾਉਣ ਤੋਂ ਪਹਿਲਾਂ ਤੁਹਾਨੂੰ ਆ ਕਰਨਾ ਪੈਣਾ ਮੇਰਾ ਖਿਆਲ ਹੁਣ ਇਹਨਾਂ ਨੇ ਟੈਸਟ ਕੀਤਾ ਹੀ ਆ ਫਿਰ ਇਟਸ ਜ਼ਰੂਰੀ ਆ ਇਫ ਯੂ ਵਾਂਟ ਟੂ ਕਮ ਐਜ਼ ਅ ਸਪਾਊਸ ਯੈਸ 100% ਜੇ ਤੁਸੀਂ 18 ਤੋਂ ਉੱਤੇ ਆ ਤਾਂ 65 ਤੋਂ ਥੱਲੇ ਆ ਯਾਨੀ ਪੀਪਲ ਆਰ ਐਗਜ਼ੈਂਪਟ ਆ ਵਨਸ ਵਿਦ ਅੰਡਰ 18 অর ওভার 65 ਯਾ ਐਂਡ ਇਫ ਯੂ ਗੋ ਆਫ ਇਜ਼ ਇਟ ਡਿਸੇਬਿਲਿਟੀ ਲਰਨਿੰਗ ਡਿਸੇਬਿਲਿਟੀ ਜੇ ਤੁਹਾਨੂੰ ਤੁਹਾਡੇ ਦਾ ਐਗਜ਼ੈਂਪਸ਼ਨ ਹੈ ਐਗਜ਼ੈਂਪਸ਼ਨ ਹੈ ਤੁਹਾਡੀ ਹੈ ਸੇਡ ਠੀਕ ਨਹੀਂ ਇਹ ਨਹੀਂ ਕਿ ਤੁਹਾਨੂੰ ਸ਼ੂਗਰ ਹੋਈ ਹੋ ਮੈਂ ਸਕਦਾ ਆ ਨਹੀਂ ਲਰਨਿੰਗ ਡਿਸੇਬਿਲਿਟੀ ਨਹੀਂ ਹੈ ਮਤਲਬ ਜਿਨ੍ਹਾਂ ਦੇ ਦਿਮਾਗੀ ਤੌਰ ਤੇ ਉਹ ਸਿੱਖ ਨਹੀਂ ਸਕਦੇ ਕੁਛ ਸੋ ਉਹਨਾਂ ਤੇ ਆ ਇਹ ਨਹੀਂ ਕਿ ਹਾਂ ਮੇਰੇ ਸੱਟ ਲੱਗ ਗਈ ਸੀ ਉੱਠੇ ਤੇ ਸੋ ਉਹਦੇ ਵਿੱਚ ਮੈਂ ਈਸੋਲ ਮੈਂ ਅੰਗਰੇਜ਼ੀ ਨਹੀਂ ਸਿੱਖ ਸਕਦਾ ਸੋ ਪਹਿਲੀ ਤਾਂ ਗੱਲ ਇਹ ਕਿ ਅਸੀਂ ਅੰਗਰੇਜ਼ੀ ਦਾ ਨਾਂ ਸੁਣ ਕੇ ਨਾ ਅਸੀਂ ਪੰਜਾਬੀ 'ਚ ਡਰ ਜਾਂਦੇ ਹਾਂ ਕੰਬਾ ਲੱਗ ਜਾਂਦਾ ਅੰਗਰੇਜ਼ੀ ਵੀ ਡੋਂਟ ਲਾਈਕ ਦ ਅੰਗਰੇਜ਼ੀ ਐਂਡ ਪਰ ਸਾਨੂੰ ਇਹ ਕਹਿਣਾ ਹੁੰਦਾ ਕਿ ਪੇ ਸੋਸ਼ਲ ਸਿਕਿਉਰਿਟੀ ਐਵਰੀ ਥਰਸਡੇ ਸੈਮ 9250 ਪਲੀਜ਼ ਇਹ ਸਾਨੂੰ ਕਹਿਣਾ ਹੁੰਦਾ ਇੰਨੇ ਕੁ ਜੋਗਾ ਕਰ ਲੈਂਦੇ ਹਾਂ ਅਸੀਂ ਪੈਸੇ ਫਰੀ ਲੈਣ ਲਈ ਬਟ ਜਦੋਂ ਇੰਗਲਿਸ਼ ਆਉਂਦਾ ਸੀ ਡਰ ਜਾਂਦੇ ਖਾਸ ਤੌਰ ਤੇ ਸਾਡੀ ਬੀਬੀਆਂ ਬਹੁਤ ਡਰ ਜਾਂਦੀਆਂ ਨਹੀਂ ਇਹਦੇ ਵਿੱਚ ਕੋਈ ਡਰਨੇ ਵਾਲੀ ਗੱਲ ਹੈ ਜਾਂ ਨਹੀਂ ਬਿਲਕੁਲ ਨਹੀਂ ਹੈਗੀ ਜਿਹੜਾ ਐਗਜ਼ਾਮ ਹੈਗਾ ਬਹੁਤ ਸੌਖਾ ਆ ਪਰ ਅਸੀਂ ਤੁਹਾਨੂੰ ਹੌਲੀ ਹੌਲੀ ਸਮਝਾਉਂਗੇ ਕਿ ਐਗਜ਼ਾਮ ਕਿੱਦਾਂ ਦੀ ਆ ਸਿਖਾਲਾਂਗੇ ਫਿਰ ਤੁਹਾਨੂੰ ਸਮਝਾਉਣਾ ਕਿ ਐਗਜ਼ਾਮ ਕਿੱਦਾਂ ਫਿਰ ਅਸੀਂ ਤੁਹਾਨੂੰ ਪ੍ਰੈਕਟਿਸ ਪੇਪਰ ਵੀ ਦੇਵਾਂਗੇ ਫਿਰ ਤੁਸੀਂ ਪ੍ਰੈਕਟਿਸ ਕਰੀ ਜਾਏ ਫਿਰ ਅਸੀਂ ਹੋਮਵਰਕ ਮਤਲਬ ਇੰਨਾ ਹਾਰਡ ਨਹੀਂ ਜਿੰਨਾ ਲੋਕ ਸਮਝਦੇ ਬਹੁਤ ਸੌਖਾ ਆ ਜਿਹਦਾ
ਐਂਡ ਇਹਦੇ ਵਿੱਚ ਇਹ ਨਹੀਂ ਕਿ ਕਿਸੇ ਨੇ ਬੀਏ ਕੀਤੀ ਹੋਏ ਤਾਂ ਹੀ ਉਹ ਕਰ ਸਕਦਾ ਇਟ ਇਜ਼ ਨੋਟ ਵੈਰੀ ਡਿਪੈਂਡਸ ਔਨ ਯੂਰ ਲੈਵਲ ਆਫ ਐਜੂਕੇਸ਼ਨ ਡਸ ਇਟ ਯੂਕੇ ਬੀਏ ਆਪ ਕਹਿੰਦੇ ਆ ਕਿ ਜਿਹੜਾ ਲੈਵਲ ਹੈਗਾ ਉਹਨੂੰ ਕਹਿੰਦੇ ਕਾਮਨ ਯੂਰੋਪੀਅਨ ਫਰੇਮਵਰਕ ਰਾਈਟ ਉਹ ਉੱਥੇ ਲਿਖਿਆ ਆ ਕਿ ਜਿਹੜਾ ਬੇਸਿਕ ਲੈਵਲ ਤੁਹਾਨੂੰ ਚਾਹੀਦਾ ਉਹਨੂੰ ਕਹਿੰਦੇ A1 A1 and A1 is the right bottom lowest level ਬਸ ਤੁਹਾਨੂੰ ਸਿਰਫ ਕਹਿਣਾ ਜਿਹੜਾ ਸਟੈਂਡਰਡ ਹੈਗਾ ਸਿਰਫ ਮਾਈ ਨੇਮ ਇਜ਼ ਆਈ ਲਿਵ ਇੱਥੇ ਆਈ ਡੂ ਦਿਸ ਜੋਬ I have this many children, I said. Yeah. Okay. That's so my name is Jogga. Jogga. I am married to Preeto. We have two baby. Minder and Shinder. Then when you exam, they will ask you, Mindo went to Sothal, she went on the number 167 bus and it was on Wednesday afternoon. Asking two paragraphs. And then what did you say? Yes, then they said, who went to the bus? Then he said, Mindo. Mindo. Kera din, or Budhwar. But can I English the Wednesday, it's Punjabi the I said, I ask you like that. Yeah, that's it. And it's Punjab B Mindo, that's it. Right. That's all it is. Okay, so it's not that hard. No, the hardest thing was getting accreditation from the UKBA or Sapta or Kasiga. Right, but no, but I mean, as in like to learn it, it's not. No, 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 bilkul nahi, bilkul sokha bahut hai. Jehde log darde hai ki sato English nahi honi ya kai buniyan us kehne ki assi to school le nahi gayi hain sato English kitho honi hai. But je tuhanu chahida permanent stamp ya kis nu bun British passport ya British passport je kis nu husband wife nu mangona then you can have to, they have to come over right? Yeah. So they have to do it. Yeah. Why have they done this? Ek aur unne kyun kiya? Well, the what they're saying is that there's two reasons. One, it helps people integrate into the country if they got confidence that they can speak. Ja ta chahunde hai ki angrezi sikho ta ke tusi itthe aake itthe de lokan naal gal baat kar sako. Bas theek hai. Ral mil sakde na. Nal agge do list sige prana hun nama jehda prana sige 29 tareek November to pehla oh inne college sige kaise ke Chinese cookery school oh se kaun sara to lokan oh band kar ditta unhon ne acha hun jehde chote mote school se band kar ditte oh hun list de utte aa nahi sakde milag hun list utte sirf 4 ha gaya lagda ja tin inne ki hona ਜਿਹੜੇ ਸਪਲਾਈ ਕਰ ਸਕਦੇ ਆ ਰਾਈਟ ਅਸੀਂ ਆ ਕੇ ਕ੍ਰੈਡਿਟਿਡ ਸੋ ਅਸੀਂ ਠੀਕ ਤੁਸੀਂ ਨਵੇਂ ਲਿਸਟ ਹੈਗੇ ਹਾਂਜੀ ਰਾਈਟ ਓਕੇ ਜੇ ਕਿਸੇ ਨੇ ਈਸੋਲ ਸਿੱਖਣਾ ਹੋਵੇ ਤੇ ਤੁਹਾਨੂੰ ਕਿੱਥੇ ਮਿਲ ਸਕਦੇ ਸਾਡਾ ਨੰਬਰ ਹੈਗਾ 01474 323355 ਜਾਂ ਮੇਰਾ ਮੋਬਾਈਲ ਲੈ ਲਓ ਨਹੀਂ ਉਹ ਤੁਹਾਡਾ ਬ੍ਰੇਕ 'ਚ ਆਉਂਦਾ ਹੋਣਾ ਨੰਬਰ ਉਹ ਠੀਕ ਹੈ ਉੱਥੇ ਤੁਸੀਂ ਤੁਹਾਡੇ ਸੈਂਟਰ ਕਿੱਥੇ ਹੈ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਹੈਡਕੁਆਟਰ ਹੈਗਾ ਗ੍ਰੇਜ਼ਨ ਬਟ ਜਿਹੜਾ ਅਸਲੀ ਹੈਗਾ ਕਾਲਜ ਉਹ ਹੈਗਾ ਵੈਸਟ ਬ੍ਰੋਮ West Brom High Street, Desi Junction, then Kohliya. Started after the pitch. Okay. So, and Jara Jalandhar Fada Kholna ya, oh, we made a prime tower. Prime tower is Kholna ya. Share floor, I think. Yeah, SCV Ral Melke Hun Kholna jo Kholna. Yeah. Because public no help, won't if they got e soul in. That's right. In Jana Hun e soul kita, ਜੋ ਉਹਨਾਂ ਨੂੰ ਕਹੋ ਕਿ ਆਈਲੈਟ ਕਰੋ ਤਾਂ ਕਈ ਤਾਂ ਨਹੀਂ ਉਹਨਾਂ 'ਚ ਕੈਪੇਬਿਲਿਟੀ ਟੂ ਡੂ ਦੈਟ ਦੈਟਸ ਇਟ ਈਸੋਲ ਸਭ ਤੋਂ ਵਧੀਆ ਪਰ ਈਸੋਲ ਹੁਣ ਉੱਥੇ ਜਲੰਧਰ ਫੈਸਿਲਿਟੀ ਮਿਲ ਜਾਣੀ ਹੈ ਹਾਂਜੀ ਸੋ ਜਿਹੜੇ ਕਿਸੇ ਨੇ ਇੰਟਰਸਟ ਕਰਾਉਣੀ ਆ ਤਾਂ ਇਹਨਾਂ ਨਾਲ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਤੁਹਾਡੇ ਨਾਲ ਕੋਈ ਪ੍ਰੋਬਲਮ ਹੈ ਵਰਕ ਤਾਂ ਤੁਹਾਡੇ ਨਾਲ ਗੱਲ ਵੀ ਕਰ ਸਕਦੇ ਹੋ ਸੋ ਉਹ ਵੀ ਤੁਸੀਂ ਕਰ ਸਕਦੇ ਹਾਂ ਜੇ ਕਿਸੇ ਨੂੰ ਕੋਈ ਇਸ ਕੋ ਪ੍ਰੋਬਲਮ ਹੈ ਵਰਕ ਈਸੋਲ ਉਹ ਜੇ ਤੁਸੀਂ ਆਪਣੀ ਬੋਟੀ ਮੰਗਵਾਉਣੀ ਹਸਬੈਂਡ ਮੰਗਵਾਉਣਾ ਤਾਂ ਉਹਨਾਂ ਨੇ ਇੰਗਲਿਸ਼ ਸਿੱਖਣੀ ਪੈਂਦੀ ਆ there are other tests you can do. I think you can do an IELTS. You can do an IELTS. It's acceptable. Yeah, but fark both hai jani ke oh hai sirf 2 saal hi e sol sari lifelong mali IELTS char section tonu karne hi pende mera khayal hai yes reading and writing yes, as well yeah, but, but in the partners test you don't need reading and writing do you no speaking and listening just speaking and listening that's it jada eh biala test jada lokan ne biya kara ke aona utthe jana aona chahunde hai ਉਹਦੇ ਵਿੱਚ ਸਿਰਫ ਸਪੀਕਿੰਗ ਐਂਡ ਲਿਸਨਿੰਗ ਦੀ ਲੋੜ ਹੈ ਰੀਡਿੰਗ ਐਂਡ ਰਾਈਟਿੰਗ ਦੀ ਨਹੀਂ ਸੋ ਐਵੇਂ ਤੁਸੀਂ ਰੀਡਿੰਗ ਐਂਡ ਰਾਈਟਿੰਗ ਆਈਲੈਂਡ 'ਚ ਲੱਗੀ ਜਾਓ ਤਾਂ ਥੋੜ੍ਹੀ ਤਾਂ ਲੋੜ ਹੀ ਨਹੀਂ ਤੁਹਾਨੂੰ ਕੋਈ ਲੋੜ ਨਹੀਂ ਹੈਗਾ ਰਾਈਟ ਬਿਲਕੁਲ ਕੋਈ ਨੋਟ ਸੋ ਗੱਲ ਕਰਨੀ ਹੈ ਕਈਆਂ ਦੀ ਹਾਂਜੀ ਰਾਈਟ ਓਕੇ ਵੈਲ ਹੋਪਫੁਲੀ ਦੈਨ ਫਿਰ ਅਗਲੇ ਹਫਤੇ ਅਸੀਂ ਜਾਵਾਂਗੇ ਉੱਥੇ ਤੇ ਉੱਥੇ ਖੋਲ ਕੇ ਆਵਾਂਗੇ ਨਾਲੇ ਤੁਹਾਨੂੰ ਉਹਦੇ ਕਲਿਪਸ ਦਿਖਾਵਾਂਗੇ ਕਾਲਜ ਦੇ ਇਸ ਹਫਤੇ ਜਾਣਾ ਸੀ ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਫਰਾਈਡੇ ਮੇਰੀ ਬੈਕ ਨਹੀਂ ਠੀਕ ਉਹਦੇ ਵਿੱਚ ਤਾਂ ਮੈਂ ਵੋਂਟ ਬੀ ਏਬਲ ਟੂ ਗੋ ਦਿਸ ਵੀਕ ਤੇ ਇੰਨਾ ਵੀ ਹੈ ਨਹੀਂ ਕਿ ਮੈਂ ਪਬਲਿਕਲੀ ਕੁਰਬਾਨ ਕਰਾਂ ਕਿ ਆਪਣੇ ਮੈਂ ਸ਼ਹੀਦ ਹੀ ਹੋ ਜਾਵਾਂ ਇੱਥੇ ਤੁਹਾਡੇ ਲਈ ਇੰਨਾ ਤੇਵ ਨਹੀਂ ਮੈਂ ਕਰਦਾ ਤੁਹਾਡੇ ਨਾਲ ਤੁਹਾਡਾ ਤਾਂ ਮੈਂ ਦੇਖ ਹੀ ਲਿਆ ਸੀ ਫਰਾਈਡੇ ਪਿਆਰ ਕਰ ਸੀ ਜਿੰਨਾ ਕੁ ਹਾਲੇ ਮੈਂ ਖੇਲ ਰਿਹਾ ਉਹ ਪਿਆਰ 'ਚ ਕਿ ਬਹੁਤ ਜ਼ਿਆਦਾ ਮਿਲ ਗਿਆ ਸੀ ਮੈਨੂੰ ਮੈਨੂੰ ਪਤਾ ਨਹੀਂ ਮੈਂ ਖੁਸ਼ੀ ਨਾਲ ਪਾਗਲ ਹੋ ਗਿਆ ਮੈਂ ਉਹ ਪਿਆਰ ਨਾਲ ਕੀ ਕਰਾਂ ਕੀ ਨਹੀਂ ਉਹਦੇ ਵਿੱਚ
ਇਹ ਆ ਕਿ ਮੇਰੇ ਤੋਂ 8 ਘੰਟੇ ਪਲੇਨ ਤੇ ਬੈਠਾ ਤਾਂ ਫਿਰ ਮੈਂ 8 ਜਾਂ ਦਿੱਲੀ ਨੂੰ ਤੇ ਮੈਂ ਤਾਂ ਹੋਣਾ ਐਂ ਚੇਅਰ ਜੋਗਾ ਮੈਂ ਹਲੇ ਸਵੇ ਰੈਸਟ ਕਰੂੰਗਾ ਫਿਰ ਵੀ ਟੁਮਾਰੋ ਮੈਂ ਖੇਡ ਕੇ ਬਰਮਿੰਗਮ ਪਹੁੰਚ ਜਾਣਾ ਤੇ ਮੇਰਾ ਖਿਆਲ ਯੂ ਇਨ ਬਰਮਿੰਗਮ ਅਸ ਵੈਲ ਯੇ ਫਿਰ ਕਾਲਜ ਸਾਡੇ ਕਿਸੇ ਨੇ ਉੱਥੇ ਈਸੋ ਸਿੱਖਣੀ ਆ ਜਾਂ ਆਪਣੇ ਪਾਰਟਨਰਸ ਨਾਲ ਲਿਖਾਉਣਾ ਵਗੈਰਾ ਉੱਥੇ ਤੁਸੀਂ ਜਾ ਸਕਦੇ ਹੋ ਸੋ ਰਜਿੰਦਰ ਥੈਂਕ ਯੂ ਵੈਰੀ ਮਚ ਫਾਰ ਦਿਸ ਯੇ ਟੂ ਸੀ ਇੰਪਲੋਇਮੈਂਟ ਲਾਅ ਵਾਟ ਐਵਰ ਯੂ ਟੋਲਡ ਅਸ ਅ ਲੋਟ ਆਫ ਗੁੱਡ ਸਟਫ ਦੇਰ ਐਂਡ ਅ ਲੋਟ ਆਫ ਪੀਪਲ ਮੇ ਹੈਵ ਮਾਈਟ ਹੈਵ ਕਲੇਮਡ ਐਂਡ ਦੇ ਥੌਟ ਵੈਲ ਹੋਲਡ ਔਨ ਦਿਸ ਇਜ਼ ਵਾਟ ਹੈਪਨ ਟੂ ਮੀ But they can contact you or whatever. That's and, my pleasure. Thank you. Okay. Well, actually, and I bought it. Friday, my khayal nahi main aunga, but koi na koi daddy nu bhejunga ya kuch na kuch jo bhi for the entertainment le ithe hoga ki main apni sehat pehla dekha ke theek hove te us to baad baki sare kam dekhde ha. From me, mere walon, sat sri akal. Until I see you next, whenever that is, mere Rajinder walon, sat sri akal.